ਪਾਠ ਨ ਬਹਾਦਰ ਸਿੰਘ ਬੱਲ ਬਜ਼ੁਰਗ ਖਿਡਾਰੀ ਵਡੇਰੀ ਉਮਰ ਦੇ ਵਿਅਕਤੀ ਬਾਰੇ ਪੰਜਾਬੀ ਵਿੱਚ ਆਮ ਕਿਹਾ ਜਾਂਦਾ ਹੈ ਕਿ ਫਲਾਣਾ ਵਿਅਕਤੀ ਹੁਣ 70-72 ਪਿਆ ਹੈ। ਪਰ ਜਦੋਂ ਤੁਸੀਂ 75 ਸਾਲ ਦੀ ਉਮਰ ਦੇ ਵਿਅਕਤੀ ਨੂੰ 100 ਮੀਟਰ 200 ਮੀਟਰ 400 ਮੀਟਰ ਦੌੜ ਵਿੱਚੋਂ ਮੈਡਲ ਲੈਂਦੇ ਵੇਖੋ ਤਾਂ ਉਸ ਨੂੰ 100 ਵਾਰੀ ਸਲਾਮ ਕਹਿਣ ਨੂੰ ਜੀ ਕਰਦਾ ਹੈ। ਬਹਾਦਰ ਸਿੰਘ ਬੱਲ ਵੀ ਅਜਿਹੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਹਨ ਜਿਸ ਦੀ ਰਗ ਰਗ ਵਿੱਚ ਖੇਡਾਂ ਦਾ ਚਾਅ ਅਤੇ ਉਮਾਹ ਤਾਂਗਾ ਮਾਰਦਾ ਹੈ। ਉਹ ਹੁਣ ਤੱਕ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਆਪਣੀ ਉਮਰ ਦੇ ਅਥਲੀਟਾਂ ਨੂੰ ਪਛਾੜਦੇ ਹੋਏ ਆਪਣੇ ਹਿੱਕ ਤੇ ਮੈਡਲਾਂ ਦੀਆਂ ਲਾਈਨਾਂ ਲੁਆ ਚੁੱਕੇ ਹਨ। ਫਰਵਰੀ 1947 ਵਿੱਚ ਪਿੰਡ ਰਮੀਦੀ ਵਿਖੇ ਪਿਤਾ ਗੁਰਦੀਪ ਸਿੰਘ ਦੇ ਘਰ ਜਨਮੇ ਬਹਾਦਰ ਸਿੰਘ ਬੱਲ ਨੂੰ ਖੇਡਣ ਦੀ ਗੁੜਤੀ ਪਰਿਵਾਰ ਵਿੱਚੋਂ ਹੀ ਮਿਲ ਗਈ ਸੀ। ਉਸਦੇ ਦਾਦਾ ਜੀ ਸਰਦਾਰ ਜਗਤ ਸਿੰਘ ਕਪੂਰਥਲਾ ਰਿਆਸਤ ਵਿੱਚ ਦੌੜਾਕ ਅਤੇ ਲੰਮੀ ਛਾਲ ਕਰਕੇ ਮਸ਼ਹੂਰ ਸਨ। ਉਸਦੇ ਵੱਡੇ ਭਰਾ ਸਰਦਾਰ ਨਾਜ਼ਰ ਸਿੰਘ ਉੱਗੇ ਭਾਰ ਚੁੱਕਣ ਵਾਲੇ ਖਿਡਾਰੀ ਸਨ, ਜਦੋਂ ਕਿ ਦੂਜੇ ਭਰਾ ਸਰਦਾਰ ਬਿਕਰਮ ਸਿੰਘ ਵਾਲੀਬਾਲ ਦੇ ਖਿਡਾਰੀ ਸਨ। 1963 ਵਿੱਚ ਕਿਸੇ ਨੂੰ ਭਰਤੀ ਕਰਾਉਣ ਗਏ ਬਹਾਦਰ ਸਿੰਘ ਆਪ ਵੀ ਨੇਵੀ ਵਿੱਚ ਭਰਤੀ ਹੋ ਗਏ। ਸਾਲ 1968 ਵਿੱਚ ਨੇਵੀ ਹੈੱਡਕੁਆਰਟਰ ਨਵੀਂ ਦਿੱਲੀ ਵਿਖੇ ਸਾਲਾਨਾ ਖੇਡਾਂ ਵਿੱਚ ਬੈਸਟ ਐਥਲੀਟ ਦਾ ਖਿਤਾਬ ਜਿੱਤਣ ਉਪਰੰਤ ਹੌਸਲੇ ਬੁਲੰਦ ਹੋਣ ਲੱਗੇ। ਨੇਵੀ ਦੀ ਹਾਕੀ ਟੀਮ ਵਿੱਚ ਚੋਣ ਹੋ ਗਈ, ਜਿਸ ਵਿੱਚ ਉਨ੍ਹਾਂ ਨੇ ਵੀ ਕਈ ਜਿੱਤਾਂ ਪ੍ਰਾਪਤ ਕੀਤੀਆਂ। 1975 ਵਿੱਚ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟਡ ਨਾਲ ਹਰਿਦੁਆਰ ਵਿਖੇ ਖੇਡਦੀਆਂ ਸਰਵਿਸ ਦੀ ਪੇਸ਼ਕਸ਼ ਹੋਈ ਤਾਂ ਉਨ੍ਹਾਂ ਨੇ ਮਨਜ਼ੂਰ ਕਰ ਲਈ। ਉੱਥੇ 2 ਸਾਲ ਦੀ ਸਰਵਿਸ ਦੌਰਾਨ BHEL ਲਈ ਹਾਕੀ, ਫੁੱਟਬਾਲ, ਬਾਸਕਿਟਬਾਲ ਅਤੇ ਐਥਲੈਟਿਕਸ ਵਿੱਚ ਮਾਣ ਮੱਤੀਆਂ ਜਿੱਤਾਂ ਪ੍ਰਾਪਤ ਕੀਤੀਆਂ। ਇੱਕ ਹਾਕੀ ਦੇ ਮੈਚ ਵਿੱਚ ਖੇਡਦਿਆਂ ਉਨ੍ਹਾਂ ਨੂੰ ਫੂਡ ਸਪਲਾਈ ਮਹਿਕਮੇ ਵੱਲੋਂ ਇੰਸਪੈਕਟਰ ਦੀ ਪੇਸ਼ਕਸ਼ ਆ ਗਈ ਤਾਂ ਉਹ ਇਸ ਮਹਿਕਮੇ ਵਿੱਚ ਆ ਗਏ, ਜਿੱਥੋਂ ਉਹ 2005 ਵਿੱਚ ਬਤੌਰ ਜ਼ਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸੇਵਾ ਮੁਕਤ ਹੋਏ। ਸੇਵਾ ਮੁਕਤੀ ਤੋਂ ਬਾਅਦ ਉਹ ਨਿਰਸਵਾਰਥ ਭਾਵਨਾ ਨਾਲ ਆਪਣੇ ਪਿੰਡ ਦੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਦੀ ਅਹਿਮ ਸਮਾਜ ਸੇਵਾ ਨਿਭਾ ਰਹੇ ਹਨ। ਕਬੱਡੀ ਦੇ ਕੋਚ, ਪ੍ਰਬੰਧਕ ਅਤੇ ਰੈਫਰੀ ਦੇ ਤੌਰ ਤੇ ਸਾਰੀਆਂ ਸੇਵਾਵਾਂ ਆਪੇ ਨਿਭਾਉਣ ਦੇ ਨਾਲ ਨਾਲ ਉਹ ਆਪ ਵੀ ਸੀਨੀਅਰ ਗਰੁੱਪ ਵਿੱਚ ਕਬੱਡੀ ਖੇਡਦੇ ਹਨ। ਦਸੰਬਰ 2013 ਵਿੱਚ ਪਹਿਲੀ ਮੀਟ ਵਿੱਚ ਹੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 65-70 ਸਾਲ ਦੇ ਵਰਗ ਵਿੱਚ 100 ਮੀਟਰ 200 ਮੀਟਰ ਲੰਮੀ ਛਾਲ ਅਤੇ ਤੀਰੀ ਛਾਲ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਿੱਚ ਸਫਲ ਹੋ ਗਏ। ਜੈਪੁਰ ਵਿਖੇ ਅਜਿਹੇ ਮੁਕਾਬਲਿਆਂ ਵਿੱਚ ਹੀ ਉਨ੍ਹਾਂ ਨੇ ਆਪਣੇ ਵਰਗ ਵਿੱਚ 100 ਮੀਟਰ ਦੌੜ ਵਿੱਚ 12.9 ਸਕਿੰਟ ਦਾ ਇੰਡੀਆ ਦਾ ਨਵਾਂ ਰਿਕਾਰਡ ਕਾਇਮ ਕੀਤਾ। ਹੁਣ ਹਿੱਕ ਤੇ ਇੰਡੀਆ ਲਿਖਵਾਉਣ ਦਾ ਉਨ੍ਹਾਂ ਦਾ ਸੁਪਨਾ ਸਾਕਾਰ ਹੋਣ ਦੇ ਕਰੀਬ ਆਈ ਜਾ ਰਿਹਾ ਸੀ। ਉਨ੍ਹਾਂ ਦੇ ਨਿਰੰਤਰ ਆਤਮ ਵਿਸ਼ਵਾਸੀ ਅਭਿਆਸ ਅਤੇ ਪਰਮਾਤਮਾ ਵਿਸ਼ਵਾਸੀ ਅਰਦਾਸ ਦੀ ਬਦੌਲਤ ਆਕਲੈਂਡ ਨਿਊਜ਼ੀਲੈਂਡ ਵਰਲਡ ਮਾਸਟਰ ਗੇਮਸ 2017 ਲਈ ਉਨ੍ਹਾਂ ਦੀ ਚੋਣ ਹੋ ਗਈ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ, ਆਖਰ 23 ਅਪ੍ਰੈਲ 2017 ਮੇਰੀ ਜ਼ਿੰਦਗੀ ਦਾ ਅਹਿਮ ਅਤੇ ਪਰਖ ਦਾ ਦਿਨ ਹੋ ਨਿਬੜਨ ਵਾਲਾ ਸੀ। ਖਚਾਖਚ ਭਰਿਆ ਸਟੇਡੀਅਮ ਬਿਲਕੁਲ ਸ਼ਾਂਤ ਸੀ। ਮੈਂ ਆਪਣੇ ਬਲਾਕ ਵਿੱਚ ਗੋਡਾ ਨਿਵਾ ਕੇ ਅਸਮਾਨ ਵੱਲ ਆਪਣੇ ਰੱਬ ਨੂੰ ਸਿਜਦਾ ਅਤੇ ਤਰਲਾ ਕੀਤਾ। ਮੇਰਾ ਮਨ ਪੂਰੇ ਟਿਕਾ ਵਿੱਚ ਸੀ। ਇੱਕ ਪਲ ਲਈ ਮੈਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਅੱਜ ਪਹਿਲੀ ਵਾਰ ਅਸਮਾਨੋ ਹੁੰਗਾਰਾ ਜਿਹਾ ਮਿਲਿਆ ਸੀ। ਸਟਾਰਟਿੰਗ ਗਨ ਦੀ ਆਵਾਜ਼ ਆਈ, ਸਾਰੇ ਹੀ ਦੌੜਾਕ ਘੋੜੀਆਂ ਵਾਂਗ ਸ਼ੂਟ ਵੱਟ ਕੇ ਮੰਜ਼ਿਲ ਵੱਲ ਟੁੱਟ ਪਏ। ਤਕਰੀਬਨ
ਤਿੰਨੇ ਬਰਾਬਰ, ਪਰ ਕੈਮਰਿਆਂ ਦੇ ਸਰਵੇ ਤੋਂ ਬਾਅਦ ਮੈਨੂੰ ਤੀਸਰਾ ਸਥਾਨ ਪ੍ਰਾਪਤ ਹੋ ਸਕਿਆ। ਮੈਂ ਫਿਰ ਵੀ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਸਾਂ। ਅਮਰੀਕਨ ਦੌੜਾਕ ਫਸਟ ਭਾਵ ਪਹਿਲੇ ਨੰਬਰ ਤੇ ਸੀ, ਨਿਊਜ਼ੀਲੈਂਡਰ ਸੈਕਿੰਡ ਭਾਵ ਦੂਜੇ ਤੇ ਅਤੇ ਹਿੰਦੁਸਤਾਨੀ ਬਹਾਦਰ ਸਿੰਘ ਬੱਲ ਥਰਡ ਭਾਵ ਤੀਜੇ ਨੰਬਰ ਤੇ ਸੀ। ਭਾਰਤ ਦੇ ਖੇਮੇ ਵਿੱਚ ਪੰਜਾਬ ਵਿੱਚ ਅਤੇ ਖਾਸ ਤੌਰ ਤੇ ਪਿੰਡ ਤਾਜਪੁਰ ਰਮੀਦੀ ਵਿੱਚ ਖੁਸ਼ੀ ਦਾ ਆਲਮ ਛਾਇਆ ਪਿਆ ਸੀ। ਬਹਾਦਰ ਸਿੰਘ ਬੱਲ ਦਾ ਜੀਵਨ ਸਾਡੇ ਸਾਰਿਆਂ ਲਈ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਨਾ ਚਾਹੀਦਾ ਹੈ। ਲੱਖ ਦੁਸ਼ਵਾਰੀਆਂ ਦੇ ਬਾਵਜੂਦ ਅਤੇ ਖੁਦਦਾਰੀ ਨੂੰ ਕਾਇਮ ਰੱਖਣ ਲਈ ਕਈ ਥਾਈਂ ਦਿਲ ਢਾਉ ਪੱਖਪਾਤੀ ਵਿਵਹਾਰ ਮਿਲਣ ਦੇ ਬਾਵਜੂਦ ਉਹਨਾਂ ਆਪਣੇ ਸੁਪਨੇ ਸਾਕਾਰ ਕੀਤੇ ਹਨ। ਉਹਨਾਂ 70 ਸਾਲ ਤੋਂ ਉੱਪਰ ਉਮਰ ਵਿੱਚ ਵੀ ਸੰਸਾਰ ਲਈ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਉਹ ਤੰਦਰੁਸਤ, ਲੰਬਾ ਅਤੇ ਲਾਹੇਵੰਦ ਖੇਡ ਜੀਵਨ ਬਤੀਤ ਕਰਦੇ ਹੋਏ ਹੋਰ ਪ੍ਰਾਪਤੀਆਂ ਵੱਲ ਸਾਬਤ ਕਦਮੀ ਨਾਲ ਵੱਧਦੇ ਰਹਿਣ।